कच्चे मुलाजमान पक्के करन बारे सब कमेटी बनी जी बड़ी ओदी कैबिनेट तो बिना ओदी मीटिंग हुई है कानून दे एक्सपर्ट बिठाए ने ओदे विच इक तो कानूनी बहुत बड़े कानूनी पेच ने असी उन्हां कच्चे मुलाजमान पक्के करना चाहुंदे आ साडी नीयत दे विच कोई खोट नहीं पर पुरानियां सरकारां वल्लों 2016 ते 2021 दे दो एक्ट बनाए हुए ने जिन्हां नूं रिपील करना चाहुंदे आ असी 16 वाले एक्ट नूं रिपील करन वास्ते 21 दे विच एक्ट बनाया चन्नी ने ਉਹ ਅਜੇ ਵੀ ਗਵਰਨਰ ਸਾਹਿਬ ਕੋਲ ਪਈ ਹੈ ਪਰ 21 ਵਾਲੇ ਐਕਟ ਦੇ ਵਿੱਚ ਵੀ ਉਹਨੇ ਨਹੀਂ ਆਉਂਦੇ ਜਿੰਨੇ ਅਸੀਂ ਕਰਨਾ ਚਾਹੁੰਦੇ ਸੋ ਅਸੀਂ ਇਹ ਦੋਨੋਂ ਸਾਨੂੰ ਇਹ ਐਕਟ ਜਿਹੜੇ ਨੇ ਉਹ ਰਿਪੀਲ ਕਰਨੇ ਪੈਣਗੇ ਜਾਂ 21 ਵਾਲੇ 'ਚ ਬਹੁਤ ਸਾਰੀਆਂ ਅਮੈਂਡਮੈਂਟਸ ਕਰਨੀਆਂ ਪੈਣਗੀਆਂ ਅਸੀਂ ਤੁਹਾਡੇ ਜ਼ਰੀਏ ਬੇਨਤੀ ਕਰਦੇ ਹਾਂ ਜਿਹੜੇ ਕੱਚੇ ਮੁਲਾਜ਼ਮ ਨੇ ਜਿਹੜੇ ਧਰਨੇ ਦਿੰਦੇ ਨੇ ਕਿ ਤੁਸੀਂ ਕਿਰਪਾ ਕਰਕੇ ਕਾਲੀ ਨਾ ਕਰੋ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਸਾਡਾ ਤੁਹਾਡੇ ਨਾਲ ਕੋਈ ਬੱਚਾ ਰੋਲਾ ਨਹੀਂ ਅਸੀਂ ਤੁਹਾਡੇ ਪੱਲੇ ਕੁਝ ਪਾਉਣਾ ਚਾਹੁੰਦੇ ਹਾਂ ਤੁਹਾਡੇ ਤੋਂ ਪੱਲਾ ਛਡਾਉਣਾ ਨਹੀਂ ਚਾਹੁੰਦੇ ਕਿੰਨਾ ਸਮਾਂ ਲੀਗਲ ਹੈ ਅਸੀਂ ਗਵਰਨਰ ਸਾਹਿਬ ਨਾਲ ਵੀ ਗੱਲ ਕਰਾਂਗੇ ਦੇਖੋ ਨਿਯੁਕਤੀ ਪੱਤਰ ਦੇਣੇ ਹੋਣ ਵੈਸੇ ਅਸੀਂ ਕੱਲ ਨੂੰ ਵੰਡ ਦੇਾਂਗੇ ਪਰ ਹਾਈ ਕੋਰਟ 'ਚ ਧੱਕੇ ਖਾਈ ਜਾਣਗੇ ਫਿਰ ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਹਰ ਰੋਜ਼ ਮੈਨੂੰ ਹੀ ਚੰਗਾ ਲੱਗਦਾ ਜਦੋਂ ਪਾਣੀ ਦੀਆਂ ਬਾਛੜਾਂ ਪੈਂਦੀਆਂ ਨੇ ਜਾਂ ਪੁਲਿਸ ਨਾਲ ਝੜਪ ਹੁੰਦੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਮੇਰਾ ਕੋਈ ਤੁਹਾਡੇ ਨਾਲ ਵੱਟਦਾ ਰੌਲਾ ਨਹੀਂ ਅਸੀਂ ਸਾਡੀ ਨੀਅਤ ਤਾਂ ਤੁਹਾਨੂੰ ਪੱਕੇ ਕਰਾਂਗੇ ਪਰ ਅਸੀਂ ਉਹਨਾਂ ਨੂੰ ਬੁਲਾਇਆ ਹੁਣ ਉਹਨਾਂ ਨੂੰ ਸਾਰਾ ਅਸੀਂ ਲੀਗਲੀ ਦਿਖਾ ਦਾਂਗੇ ਆ ਜਦੋਂ ਹੀ ਜਿਸ ਦਿਨ ਹੀ ਉਹ ਮਤਲਬ ਕੋਰਟ ਵੱਲੋਂ ਜਾਂ ਗਵਰਨਰ ਸਾਹਿਬ ਵੱਲੋਂ ਕਲੀਅਰੈਂਸ ਹੋ ਗਈ ਸਾਡੇ ਵੱਲੋਂ ਅੱਧਾ ਘੰਟਾ ਨਹੀਂ ਲੱਗਣਾ ਸਾਈਨ ਕਰਨ ਜੇ ਇਨ ਕੇਸ ਰਾਜਵੀਰ ਥੋੜ੍ਹਾ ਟਾਈਮ ਲੱਗ ਗਿਆ 5 ਮਹੀਨੇ ਲੱਗ ਗਏ 4 ਮਹੀਨੇ ਲੱਗ ਗਏ ਰਾਜਵੀਰ ਕੁਛ ਮੁੰਡੇ ਕੁੜੀਆਂ ਓਵਰ ਏਜ ਅਸੀਂ ਏਜ ਦੇ ਵਿੱਚ ਵੀ ਰਿਲੈਕਸੇਸ਼ਨ ਦਿੰਦੇ ਇਹ ਬੁਲਾ ਜਿਹੜਾ ਉਹਨਾਂ ਦੇ ਸੰਘਰਸ਼ ਜਿੰਨਾ ਚਿਰ ਤੱਕ ਬਹੁਤ ਚਿਰ ਦੇ ਹੋ ਲੱਗੇ ਹੋਏ ਨੇ ਉਹਨੂੰ ਅਸੀਂ ਬੇਕਾਰ ਨਹੀਂ ਅਜਾਈ ਨਹੀਂ ਜਾਣ ਦੇਵਾਂਗੇ ਸੋ ਇਹ ਕੁਝ ਫੈਸਲੇ ਜਿਹੜੇ ਨੇ ਸਰ ਹਾਂ ਏਜੀ ਦੇ ਕਦੋਂ ਤੱਕ ਕਲੀਅਰ ਹੋ ਜਾਵੇਗਾ ਏਜੀ ਨੋਟੀਫਿਕੇਸ਼ਨ ਕਦ ਤੱਕ ਜਾਰੀ ਹੋਗੀ ਸਰ ਨਵੇਂ ਏਜੀ ਨੇ ਉਹ ਲਗਾ ਦਿੱਤੇ ਗਏ ਨੇ ਕਈ ਸਾਹਿਬ ਤੇ ਬਹੁਤ ਕਾਬਿਲ ਵਕੀਲ ਨੇ ਉਹ ਤੇ ਪੰਜਾਬ ਸਰਕਾਰ ਦਾ ਜਿਹੜਾ ਪੱਖ ਹੈ ਉਹ ਧੜੱਲੇ ਨਾਲ ਉਹ ਕੋਰਟਾਂ ਦੇ ਵਿੱਚ ਰੱਖਣਗੇ ਜਿਹੜੀ ਉਹਨਾਂ ਦੀ ਟੀਮ ਹੈ ਉਹ ਵੀ ਅਸੀਂ ਕੋਈ ਸਿਫਾਰਸ਼ੀ ਜਾਂ ਇਧਰੋਂ ਉਧਰੋਂ ਨਹੀਂ ਲਵਾਂਗੇ ਜਿਹੜੀ ਉਹਨਾਂ ਦੀ ਟੀਮ ਹੈ ਉਹ ਵੀ ਇਸ ਤਰ੍ਹਾਂ ਦੀ ਹੋਵੇ ਤਾਂ ਕਿ ਸਾਨੂੰ ਕੋਈ ਮਹਿੰਗੀਆਂ ਫੀਸਾਂ ਵਾਲੇ ਵਕੀਲਾਂ ਨੂੰ ਇਧਰੋਂ ਉਧਰੋਂ ਬੁਲਾਉਣਾ ਨਾ ਪਵੇ ਪੰਜਾਬ ਸਰਕਾਰ ਲੋਕਾਂ ਦੇ ਹੱਕ 'ਚ ਫੈਸਲਾ ਕਰਾਉਣ ਲਈ ਕਾਨੂੰਨੀ ਤੌਰ 'ਤੇ ਕੋਈ ਕਮੀ ਨਹੀਂ